ਉਹਨਾਂ ਨੂੰ 10-10-2014 ਦਾ ਇੱਕ ਪੱਤਰ ਹੈ ਜਿਹੜਾ ਪਰਸੋਨਾ ਡਿਪਾਰਟਮੈਂਟ ਨੇ ਜਾਰੀ ਕੀਤਾ। ਬਹੁਜਨ ਸਮਾਜ ਪਾਰਟੀ ਇਹਨਾਂ ਨੂੰ ਅੱਜ ਪੰਜਾਬ ਦੇ ਲੋਕਾਂ ਦੀ ਕਚਹਿਰੀ ਦੇ ਵਿੱਚ ਨੰਗਾ ਕਰ ਰਹੀ ਆ। ਐਗਰੀਕਲਚਰ ਯੂਨੀਵਰਸਿਟੀ ਬਣੀ ਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਟੀਚਿੰਗ ਸਟਾਫ ਦੇ ਵਿੱਚ ਜਿੱਥੇ ਅਧਿਆਪਕ ਪੜ੍ਹਾਉਂਦੇ ਆ ਉੱਥੇ ਰਾਜਿਆਂ ਨਾਲ ਵੀ ਮਰ ਰਹੇ ਆ, ਪਿਛਲੇ ਲੰਬੇ ਸਮੇਂ ਤੋਂ ਮਰ ਰਹੇ ਆ। ਕੋਰੋਨਾ ਹਲੇ ਫਿਰ ਬਚਾ ਸਕਦਾ ਸਾਨੂੰ, ਲੇਕਿਨ ਸਰਕਾਰ ਦੀਆਂ ਨੀਤੀਆਂ ਸਾਡਾ ਭਵਿੱਖ, ਬਹੁਜਨ ਸਮਾਜ ਦਾ ਭਵਿੱਖ, ਦਲਿਤਾਂ ਦਾ ਭਵਿੱਖ, ਪਛੜੇ ਵਰਗਾਂ ਦਾ ਭਵਿੱਖ ਕਾਲਾ ਕਰ ਰਹੀਆਂ। ਅਸੀਂ ਇਸ ਕਾਲੇ ਭਵਿੱਖ ਨੂੰ ਬਚਾਉਣ ਲਈ ਸੜਕਾਂ 'ਤੇ ਆਵਾਂਗੇ। ਇਹਦੇ ਲਈ ਜ਼ਿੰਮੇਵਾਰ ਕਾਂਗਰਸ ਸਰਕਾਰ ਹੋਏਗੀ। ਪੰਜਾਬ ਸਰਕਾਰ ਇਹ ਕਹਿੰਦੇ ਆ ਵੀ ਅਸੀਂ CM ਬਣਾਉਣਾ, ਅਸੀਂ ਇੱਕ ਦਲਿਤ ਡਿਪਟੀ CM ਲਾਉਣਾ, ਅਸੀਂ ਦਲਿਤਾਂ ਲਈ ਆਹ ਕਰਾਂਗੇ। बहुजन समाज पार्टी पंजाब के प्रदेश अध्यक्ष जसवीर सिंह गढ़ी, इन्होंने किया कांग्रेस बीजेपी को एक्सपोज। कांग्रेस बीजेपी के खिलाफ दिए कई सबूत, खोले कई राज, पंजाब सरकार को दिया अल्टीमेटम, कहा मांगे नहीं मानी तो सड़कों पर उतरेंगे। आइए देखते हैं उनकी पूरी प्रेस कॉन्फ्रेंस। ਜਦੋਂ ਕਰੋਨਾ ਦੇ ਵਿੱਚ ਪੂਰਾ ਪੰਜਾਬ ਜਿਹੜਾ ਆ ਤਰਾਹੀਮਾਮ ਕਰ ਰਿਹਾ ਸੀ, ਮਰ ਰਿਹਾ ਸੀ, ਲਾਸ਼ਾਂ ਲਈ ਫੂਕਣ ਲਈ ਬਾਲਣ ਵੀ ਖਤਮ ਹੋ ਰਿਹਾ ਸੀ, ਤਾਂ ਕਰੋਨਾ ਤੋਂ ਬਚਾਉਣ ਦੇ ਲਈ ਜਿਹੜੀ ਵੈਕਸੀਨ ਸੀ, ਕਾਂਗਰਸ ਸਰਕਾਰ ਉਸ ਵੈਕਸੀਨ ਦਾ ਇਸੀ ਕਮਰਿਆਂ 'ਚ ਬੈਠ ਕੇ ਪ੍ਰਾਈਵੇਟ ਹਸਪਤਾਲਾਂ ਦੇ ਨਾਲ ਸੌਦਾ ਕਰ ਰਹੀ ਸੀ, ਜਿਹਦੇ 'ਚ ਅਸੀਂ ਦੇਖਿਆ ਵੀ 400 ਰੁਪਏ ਵਾਲੀ ਵੈਕਸੀਨ ਜਿਹੜੀ ਆ ਉਹ ਕਾਂਗਰਸ ਸਰਕਾਰ ਨੇ 1,100 ਦੇ ਲਗਭਗ ਉਹ ਵੇਚੀ 1,060 ਰੁਪਏ, ਔਰ ਗਾਹਾਂ ਹਸਪਤਾਲਾਂ ਨੂੰ 3,100 ਰੁਪਏ 'ਚ ਵੇਚਣ ਦੀ ਤਾਇਦ ਕੀਤੀ। ਔਰ ਪੰਜਾਬ ਕਾਂਗਰਸ ਸਰਕਾਰ ਨੇ 42,000 ਖੁਰਾਕਾਂ ਜਿਹੜੀਆਂ ਕਰੋਨਾ ਵੈਕਸੀਨ ਤੋਂ ਬਚਾਉਣ ਦਾ, 42,000 ਪੰਜਾਬੀਆਂ ਦੀ ਜਾਨ ਦਾ ਸੌਦਾ ਕੀਤਾ। 42,000 ਪੰਜਾਬੀਆਂ ਦੀ ਜਾਨ ਦਾ ਸੌਦਾ ਕਾਂਗਰਸ ਸਰਕਾਰ ਨੇ ਮਾਤਰ, ਇਹਦਾ ਜਿਹੜਾ ਜਦੋਂ ਆਪਾਂ ਕੈਲਕੂਲੇਸ਼ਨਾਂ ਕਰਦੇ ਹਾਂ 13 ਕਰੋੜ। ਜਸਵੀਰ ਸਿੰਘ ਗੜੀ, ਇਹਨਾਂ ਨੇ ਕੋਰੋਨਾ ਕਾਲ ਮੇਂ ਵੈਕਸੀਨ ਕੇ ਕਾਲਾਬਾਜ਼ਾਰੀ ਪਰ ਕਾਂਗਰਸ ਸਰਕਾਰ ਪਰ ਲਗਾਏ ਗੰਭੀਰ ਆਰੋਪ। कहा पंजाब की जनता के जान का सौदा कर रही है कांग्रेस। और इसे ही आज असी बैठे मोहाली दे विच, मोहाली दे जिहड़े मानजोग MLA साहब ने, यही सेहत मंत्री ने मानजोग श्री बलवीर सिद्धू जी, कांग्रेस के मुख्यमंत्री अमरिंदर सिंह जी और बलवीर सिद्धू जी, जिन्होंने 42,000 पंजाबियों की जान का सौदा किया निजी हस्पतालों के नाल। बहुजन समाज पार्टी पंजाब ਇਹਦੀ ਪੁਰਜੋਰ ਸ਼ਬਦਾਂ 'ਚ ਨਿਖੇਧੀ ਕਰਦੀ ਆ, ਨਿੰਦਾ ਕਰਦੀ ਆ, ਔਰ ਜਿਹੜਾ ਅੱਜ ਤੱਕ ਵੀ 3 ਕਰੋੜ ਮਾਤਰ ਵਧੀ ਆ, ਜਿਹ 'ਚੋਂ 1.5 ਕਰੋੜ ਦੀ ਵੈਕਸੀਨੇਸ਼ਨ ਹੋਣੀ ਸੀਗੀ 18 ਸਾਲ ਤੋਂ ਘੱਟ ਵਾਲਿਆਂ ਦੀ, 1.5-2 ਕਰੋੜ ਦੀ, ਲੇਕਿਨ ਕਾਂਗਰਸ ਸਰਕਾਰ ਹਰੇ ਤੱਕ 30-40 ਲੱਖ 'ਚ ਖੇਡ ਰਹੀ ਹੈ। ਔਰ ਕਾਂਗਰਸ ਸਰਕਾਰ ਕਰੋਨਾ ਮਹਾਂਮਾਰੀ ਦੇ ਦੌਰਾਨ ਟੋਟਲੀ ਇਹਦਾ ਫੇਲੀਅਰ ਹੋ ਜਾਣਾ, ਅਖਬਾਰਾਂ 'ਚ ਇੱਥੋਂ ਤੱਕ ਖਬਰਾਂ ਲੱਗ ਜਾਣੀਆਂ ਕਿ ਸਿਵਿਆਂ 'ਚ ਬਾਲਣ ਖਤਮ ਹੋ ਗਿਆ ਔਰ ਚਿੱਠੀਆਂ ਜਾਰੀ ਕਰਨੀਆਂ ਪੈ ਗਈਆਂ ਕਿ ਸੁੱਕੇ ਦਰਖਤ ਵੱਢ ਲਓ, ਮਤਲਬ ਜੰਗਲਾਤ ਭਾਗ ਨੂੰ ਵੀ ਭ੍ਰਿਸ਼ਟਾਚਾਰ ਕਰਨ ਦੀ ਪੂਰੀ ਖੋਲ ਦਿੱਤੀ ਗਈ। ਇਸੇ ਤਰ੍ਹਾਂ ਇਹ ਬਹੁਜਨ ਸਮਾਜ ਪਾਰਟੀ ਜਿਹੜੇ ਇਹ ਅੱਜ ਮੁੱਦਾ ਜਿਹੜਾ ਕਰੋਨਾ ਵੈਕਸੀਨ ਦੇ ਨਾਲ ਨਾਲ ਜਿਹੜੇ ਦਲਿਤ ਇਸ਼ੂ ਚੱਲ ਰਹੇ ਆ ਪੰਜਾਬ ਦੇ, ਪਛੜਾ ਵਰਗ ਦੇ ਇਸ਼ੂ ਚੱਲ ਰਹੇ ਆ, ਉਹਨਾਂ 'ਤੇ ਵੀ ਅੱਜ ਜਿਹੜੀ ਗੱਲਬਾਤ ਹੈ ਰੱਖਣਾ ਚਾਹੇਗੀ, ਕਿਉਂਕਿ ਕੱਲ੍ਹ ਤਾਜ਼ਾ ਹੀ ਇੱਕ ਨਾਲ ਇੱਕ ਹੋਰ ਸ਼ਡਿਊਲ ਕਾਸਟ ਭਾਈਚਾਰੇ ਜਿਹਨਾਂ ਦੀ 35% ਪਾਪੂਲੇਸ਼ਨ ਹੈ, ਬੈਕਵਰਡ ਭਾਈਚਾਰਾ ਜਿਹਨਾਂ ਦੀ 35-40% ਪਾਪੂਲੇਸ਼ਨ ਹੈ, ਮਨਿਓਰਟੀ ਪੰਜਾਬ ਦੀ ਜਿਹਨਾਂ ਦੀ ਤਕਰੀਬਨ 4-5% ਪਾਪੂਲੇਸ਼ਨ ਹੈ, ਇਹਨਾਂ ਵਰਗਾਂ ਦੇ ਵਿਦਿਆਰਥੀਆਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਮਿਲਦੀ ਹੈ, ਜਿਹਦੇ ਤਹਿਤ 4 ਤੋਂ ਲੈ ਕੇ 6 ਲੱਖ ਵਿਦਿਆਰਥੀ ਪੰਜਾਬ ਸਰਕਾਰ ਦੀ ਸਕੀਮ ਦੇ ਅਧੀਨ ਪੜ੍ਹਦਾ ਹੈ। ਲੇਕਿਨ ਕੱਲ੍ਹ ਸਾਰੇ ਮੀਡੀਆ 'ਚ ਖਬਰ ਲੱਗੀ ਕਿ 2 ਲੱਖ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਲੈਣ ਵਾਲੇ ਵਿਦਿਆਰਥੀ ਆ, ਚਾਹੇ ਉਹ SC ਆ ਚਾਹੇ BC ਆ, ਉਹਨਾਂ ਦੇ ਰੋਲ ਨੰਬਰ ਰੋਕ ਲਏ ਗਏ। ਔਰ ਕਾਂਗਰਸ ਸਰਕਾਰ ਜਿਹੜੀ ਕਿ 15 ਜਨਵਰੀ ਨੂੰ ਇਹਨਾਂ ਦੇ 4 ਕੈਬਨਿਟ ਮੰਤਰੀ ਜਿਹੜੇ, ਚਾਹੇ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜੀ ਸੀਗੇ, ਮਨਪ੍ਰੀਤ ਬਾਦਲ ਜੀ ਸੀਗੇ, ਚਰਨਜੀਤ ਸਿੰਘ ਚੰਨੀ ਜੀ ਸੀਗੇ, ਔਰ ਸਾਧੂ ਸਿੰਘ ਧਰਮਸੋਲ ਜੀ, 15 ਜਨਵਰੀ ਨੂੰ ਇਹਨਾਂ ਦੀ PC ਆਈ ਸੀ ਕਿ ਕਾਲਜ ਵਿਦਿਆਰਥੀਆਂ ਦੇ ਨਾਲ ਜੇ ਕੋਈ ਡਿਗਰੀ ਰੋਕੀ ਆ, ਜੇ ਕੋਈ ਫੀਸ ਰੋਕੀ ਆ, ਜੇ ਕੋਈ ਰੋਲ ਨੰਬਰ ਰੋਕਿਆ, ਤਾਂ 3 ਦਿਨਾਂ ਦੇ ਵਿੱਚ ਜਾਰੀ ਕਰੇ, ਨਹੀਂ ਤਾਂ ਕਾਂਗਰਸ ਸਰਕਾਰ, ਪੰਜਾਬ ਸਰਕਾਰ ਉੱਤੇ ਕਾਰਵਾਈ ਕਰੇਗੀ। ਲੇਕਿਨ 15 ਜਨਵਰੀ ਤੋਂ ਅੱਜ ਜੂਨ ਦਾ ਮਹੀਨਾ ਆ ਗਿਆ, ਇੱਕ ਬਹੁਤ ਵੱਡਾ ਜਿਹੜਾ ਬੰਬ ਹੈ ਦਲਿਤ ਵਿਦਿਆਰਥੀਆਂ ਦੇ ਉੱਤੇ। SC ST OBC और रिलीजियस माइनॉरिटी के 2 लाख बच्चों के स्कॉलरशिप रोकने पर प्रदेश अध्यक्ष जसवीर सिंह गढ़ी, इन्होंने उठाए सवाल। CM ਬਣਾਉਣ ਦੀਆਂ ਗੱਲਾਂ ਕਰਦੇ ਆ ਦਲਿਤਾਂ ਨੂੰ, ਇਹ ਡਿਪਟੀ CM ਬਣਾਉਣ ਦੀਆਂ ਗੱਲਾਂ ਕਰ ਰਹੇ ਆ, ਲੇਕਿਨ ਜਿਹੜੇ ਦਲਿਤ ਵਰਗ ਦੇ ਬੱਚੇ ਨੇ, 2 ਲੱਖ ਬੱਚਾ ਜਿਹੜਾ ਆ
वह कल दर पूरे पंजाब का बड़ा परेशान है और साधु सिंह धर्मसोत जी उन्होंने बच्चों के उपर दुध की राखी बिला बिठा लिया आ दुध की राखी जिहड़ा पोस्ट मैट्रिक स्कॉलरशिप और घपलियां के उत्ते साधु सिंह धर्मसोत जिहदे खिलाफ जंगलात विभाग वाले के घपले के भी दोष लगे आ दलित विद्यार्थियों की पोस्ट मैट्रिक स्कॉलरशिप के भी दोष लगे आ तो बहुजन समाज पार्टी अच्छ पंजाबियों नूं इह चेते कराउण आई आ कि जिहड़ियां भी पार्टियां दलित सीएम दलित डिप्टी सीएम यह रौला पाउंदियां आ लेकिन दलितां दे मुद्दे जिन्हां चों मैं पंज मुद्दे अज्ज पंजाब दे सामने रखने चाहुंदा आ। कांग्रेस के नेता बहुजन समाज से सीएम और डिप्टी सीएम बनाने की बात कर रहे हैं लेकिन जमीनी मुद्दों को हल नहीं कर पा रहे। जे तो एक पोस्ट मैट्रिक दा पर सांझा कीता आ लेकिन दूसरा मुद्दा जिहड़ा जे आपां कहीए कि दलतां दे पंजाब दे दलतां नाल पछड़ियां नाल इत्थों दी कांग्रेस जां होर सरकारां ने क्या कीता तां उहदे तहत आपां देखदे आ कि 1949 च जिहड़ी पहली वारी पंजाब च रिजर्वेशन राखवां कर दित्ता गया जिहदे तहत 15% रेजरवेशन है शड्यूल कास्ट भाईचारे को दी गई लेकिन 1951 की मरदमशुमारी हुई वो तहत जी रेजरवेशन है ये बढ़ा के पापूलेशन के अकॉर्डिंग 19% की 1961 की मरदमशुमारी हुई फिर 1963 के पापूलेशन के हिसाब न जी रिजरवेशन बधाई गई और शड्यूल कास्ट को 20% रिजरवेशन दी 1974 फिर मरदमशुमारी जी 1971 के आधार पर रिजरवेशन बधाई गई शड्यूल कास्ट वाले वो 25% की गई लेकिन 1974 तो बाद अज तक इन्हों 50 साल हो गए शड्यूल कास्ट वर्गों लिए जिहड़ियां पार्टियां शड्यूल कास्टा दलतों नूं पंजाब की सब तो एक विलखण स्टेट है पंजाब जे सिख बहुल स्टेट है पंजाब तो यह दलित बहुल स्टेट भी है पंजाब और सब तो वध पापूलेशन पूरे भारत में जे किसी दलतों की है तो पंजाब दे विच है लेकिन दलतों की पापूलेशन जिहड़ी उन्हां दी रिजरवेशन 49 च बधाई गई 52 च बधाई गई 53 च बधाई गई 74 च बधाई गई कानून के अनुसार कि जिदा जिदा आबादी बधेगी उदा उदा रिजरवेशन बधेगी लेकिन पिछले 50 सालों तो 1% भी नहीं बधाई गई 25% से खड़ी है जदों के आबादी 32% हो गई 2011 की मरदमशुमारी नाल इस करके जिहड़ियां पार्टियां सीएम डिप्टी सीएम जां होर बनाउण दीआं गल्लां करदीआं ये सारियां दलित विरोधी हैगीआं आ। इसे तरह जिहड़ा पछड़ा वर्ग है ओबीसी भाईचारा आ बैकवर्ड क्लासिज है इन्हां नूं सेंट्रल सरकार दा कानून 1990 तों बाद बणिआ कि इन्हां दी 52% पापूलेशन है मंडल कमिशन रिपोर्ट भारत सरकार की कहती है इन्हां नूं 27.5% रिजरवेशन मिलनी चाहिए लेकिन पंजाब दे विच 1962 दे विच ओबीसी क्लासां नूं जिन्हां दी आबादी 52% है पूरे भारत में उन्होंने सिर्फ 2% राखवांकरण दिता गया और 2017 तक यह राखवांकरण ओबीसी क्लासां लई सिर्फ 5% रहा। कैप्टन सरकार ने इहनूं 10% किया लेकिन होना किन्ना चाहिए सी कानून के अनुसार 27.5% जिहड़ियां पार्टियां कांग्रेस है भाजपा आ ये दलित दलित पछड़ा पछड़ा बीसी का रौला पाउंदियां लेकिन ये इन्हां दे नाल बहुत वड्डा धोखा जिहड़ा हैगा ये सारियां पोलिटिकल पार्टियां कर रहियां। जसवीर सिंह गढ़ी ने पंजाब में एससी ओबीसी इनके रिजर्वेशन और बैकलॉग को लेकर कांग्रेस की जातिवादी मानसिकता पर सवाल उठाए। कांग्रेस बीजेपी ने एससी एसटी ओबीसी और रिलीजियस माइनॉरिटी को हमेशा धोखा दिया है। एससी एसटी दे एट्रोसिटी दे केस होंदे आ वेलफेयर डिपार्टमेंट ने सरकार उन्होंने पीड़ित परिवारों को जो एससी एसटी दे केस होंदे उन्होंने कुछ सहायता राशि दिंदी आ लेकिन मेरे को एससी एस टी कमीशन की चिट्ठी आ जो 27/21 की चिट्ठी आ 21 की चिट्ठी के एससी एस टी कमीशन एससी कमीशन जो पंजाब का सरकार को लिख रहा कि इन्हों दी जिहड़ियां केस बड़े पेंडिंग पे आ हले तक सहायता इन्हों नहीं दिती गई मुआवजे वाली चिट्ठी। इसे तरह एससी कमीशन की एक होर चिट्ठी आ जिहड़े दलित मुलाजम ने यह कहिंदे असीं सीएम बनाउणा दलतां दा ये कहिंदे डिप्टी सीएम बनाउणा जिहड़े पंजाब दे दलित मुलाजम आ उन्हां 10/10/2014 का एक पत्र है जिहड़ा परसोनल डिपार्टमेंट ने जारी किया एससी कमीशन की रिपोर्ट वा ये चिट्ठी भी सारी 2020 और दसंबर 2020 और 21 दी चिट्ठियां ने ये और उन्होंने जिहड़ी चीज विधानसभा च पास हो गई कि मुलाजमान नूं तरक्कियां मिलनियां चाहीदियां दलित मुलाजमान उस विधानसभा च पास हुई चीज नूं परसोनल डिपार्टमेंट किदां रोक सकदा जिहड़ी चीज विधानसभा चो पास हो जाए उन्हूं हेल्थ डिपार्टमेंट किदां रोक सकदा। इस करके आ जिहड़ी परसोनल डिपार्टमेंट की जिहड़ी गुंडागर्दी दलित मुलाजमान ते कांग्रेस की छह ते हुई आ अज तक भी इहनूं पत्र नूं रद्द नहीं किया गया और मुलाजमान की जिहड़ी 85वीं सोध है कंस्टीट्यूशनल अमेंडमेंट अज तक पंजाब च लागू नहीं हुई इहदे लई कांग्रेस वड्डी भारी दोषी मानदी आ। इक इहदे नाल मैं चिट्ठी मैं चौथा केस जिहड़ा मैं थोड़े च रखना चाहुंदा आ कि
ਆ ਜਿਹੜੀ ਮੈਂ ਐਸ ਸੀ ਐਸ ਟੀ ਆਬਾਦੀ ਦੀ ਗੱਲ ਕੀਤੀ ਹੈ ਵੀ ਐਸ ਸੀ ਕਮਿਸ਼ਨ ਦਾ ਹੀ ਹੈ ਉਹਨਾਂ ਨੇ ਇਕੱਲੇ ਇਕੱਲੇ ਚਿੱਠੀ ਪਾਈ ਪੰਜਾਬ ਸਰਕਾਰ ਕਿ 1952 ਚ ਇੰਨੀ ਪਾਪੂਲੇਸ਼ਨ ਹੈ 1961 ਚ ਇੰਨੀ ਪਾਪੂਲੇਸ਼ਨ ਹੈ 1970 ਚ ਇੰਨੀ ਇਹ ਐਸ ਸੀ ਕਮਿਸ਼ਨ ਹਰ ਮੁੱਦੇ ਨੂੰ ਚੱਕ ਰਿਹਾ ਲੇਕਿਨ ਕਾਂਗਰਸ ਸਰਕਾਰ ਦੀਆਂ ਕੰਨਾਂ ਦੇ ਇੱਕ ਵੀ ਜੂੰ ਨਹੀਂ ਰੇਂਗ ਰਹੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਇੱਕ ਹੋਰ ਕੇਸ ਇਹ ਦਲਿਤ ਸੀ ਐਮ ਬਣਾਉਣ ਦੀਆਂ ਗੱਲਾਂ ਕਰਦੇ ਆ ਇਹ ਦਲਿਤ ਡਿਪਟੀ ਸੀ ਐਮ ਬਣਾਉਣ ਦੀਆਂ ਗੱਲਾਂ ਕਰਦੇ 1962 ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਣੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਟੀਚਿੰਗ ਸਟਾਫ ਦੇ ਵਿੱਚ ਜਿੱਥੇ ਅਧਿਆਪਕ ਪੜ੍ਹਾਉਂਦੇ ਆ ਉੱਥੇ ਰੈਜ਼ਰਵੇਸ਼ਨ ਹੈ ਜਿਹੜੀ ਵੀ ਸੰਸਥਾ ਭਾਰਤ ਸਰਕਾਰ ਔਰ ਸਟੇਟ ਗੌਰਮੈਂਟ ਤੋਂ ਫੰਡਿੰਗ ਦੇ ਨਾਲ ਚੱਲਦੀ ਆ ਉਹ ਕਾਨੂੰਨ ਹੈ ਕਿ ਉੱਥੇ ਰੈਜ਼ਰਵੇਸ਼ਨ ਉੱਥੇ ਜਿਹੜੇ ਸਾਰੇ ਦਾ ਸਾਰਾ ਸੰਵਿਧਾਨ ਲਾਗੂ ਹੁੰਦਾ ਆ ਲੇਕਿਨ ਇਹ ਪੀ ਏ ਯੂ ਦੀਆਂ ਇਹ ਸਟੇਟਮੈਂਟ ਆ ਇਹ 1920 ਦੀ ਸਰਕਾਰ ਦੀਆਂ ਚਿੱਠੀਆਂ ਇਹ ਸਾਰੀਆਂ 2021 ਦੇ ਕੇਸ ਹੈ ਜਿਹੜੇ ਇਹ ਮੈਂ ਤੁਹਾਡੇ ਵਿੱਚ ਇਹ 18/5/2021 ਦਾ ਕੇਸ ਹੈ ਜਿਹੜਾ ਐਸ ਸੀ ਕਮਿਸ਼ਨ ਨੇ ਪੰਜਾਬ ਸਰਕਾਰ ਨੂੰ ਲਿਖਿਆ ਲੇਕਿਨ ਸਰਕਾਰ ਇਹ ਕਹਿੰਦੇ ਆ ਵੀ ਅਸੀਂ ਸੀ ਐਮ ਬਣਾਉਣਾ ਅਸੀਂ ਇੱਕ ਦਲਿਤ ਡਿਪਟੀ ਸੀ ਐਮ ਲਾਉਣਾ ਅਸੀਂ ਦਲਿਤਾਂ ਲਈ ਆਹ ਕਰਾਂਗੇ ਇਹ ਸਾਰੇ ਦਾ ਸਾਰਾ ਜਿਹੜਾ ਬਹੁਜਨ ਸਮਾਜ ਪਾਰਟੀ ਇਹਨਾਂ ਨੂੰ ਅੱਜ ਪੰਜਾਬ ਦੇ ਲੋਕਾਂ ਦੀ ਕਚਹਿਰੀ ਦੇ ਵਿੱਚ ਨੰਗਾ ਕਰ ਰਹੀ ਆ ਜਿਹੜਾ ਪੰਜਾਬ ਦੇ ਵਿੱਚ ਹੋਰ ਛੱਡੋ ਇੱਕ ਆਖਰੀ ਕੇਸ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਆਹ ਵਿਧਾਨ ਸਭਾ ਦੇ ਵਿੱਚ ਇੱਕ ਟਰਾਂਸਲੇਟਰ ਕੇਡਰ ਹੈ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਕਿਵੇਂ ਲਾਗੂ ਕਰਨੇ ਵਿਧਾਨ ਸਭਾ ਨੇ ਵਿਧਾਨ ਸਭਾ ਦੇ ਵਿੱਚ ਇੱਕ ਟਰਾਂਸਲੇਟਰ ਕੇਡਰ ਵਾ ਇੱਕ ਇੱਥੋਂ ਦਾ ਕਰਮਜੀਤ ਸਿੰਘ ਸੀਨੀਅਰ ਟਰਾਂਸਲੇਟਰ ਪੰਜਾਬ ਵਿਧਾਨ ਸਭਾ 'ਚ ਸ਼ਿਕਾਇਤ ਕਰਦਾ ਐਸ ਸੀ ਕਮਿਸ਼ਨ ਨੂੰ ਕਿ 12 ਸਾਲ ਤੋਂ ਮੇਰੀ ਤਰੱਕੀ ਨਹੀਂ ਕੀਤੀ ਗਈ ਪੰਜਾਬ ਸਰਕਾਰ ਨੇ ਔਰ ਮੇਰਾ ਹੱਕ ਬਣਦਾ ਸੀ ਔਰ ਐਸ ਸੀ ਕਮਿਸ਼ਨ ਨੇ ਸਪੀਕਰ ਨੂੰ ਕਿਹਾ ਵੀ ਆਹ ਚਿੱਠੀ ਆ ਲਿਖਤੀ ਕਿ ਸਪੀਕਰ ਸਾਹਿਬ ਤੁਹਾਡੀ ਤਾਂ ਵਿਧਾਨ ਸਭਾ ਨੇ ਪੂਰੇ ਪੰਜਾਬ 'ਚ ਕੇਸ ਲਾਗੂ ਕਰਨੇ ਆ ਵੀ ਤੁਸੀਂ ਕਿਉਂ ਨਹੀਂ ਇੱਥੇ ਲਾਗੂ ਕੀਤਾ ਤੁਸੀਂ ਪੰਜਾਬ ਵਿਧਾਨ ਸਭਾ 'ਚ ਕਿਉਂ ਨਹੀਂ ਲਾਗੂ ਕੀਤਾ ਕਿਰਪਾ ਕਰਕੇ ਇੱਥੇ ਤਾਂ ਲਾਗੂ ਕਰ ਦਿਓ ਆਹ ਸਾਰੀਆਂ ਜਿਹੜੀਆਂ ਗੱਲਾਂ ਨੇ ਇਹ ਸਿੱਧ ਕਰਦੀਆਂ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਦਲਿਤ ਦਾ ਜਿਹੜਾ ਮੁੱਦਾ ਆ ਇਹ ਇੱਕ ਮ੍ਰਿਗ ਤ੍ਰਿਸ਼ਨਾ ਆ ਦਲਿਤ ਸੀ ਐਮ ਦਲਿਤ ਡਿਪਟੀ ਸੀ ਐਮ ਇਹ ਕਾਂਗਰਸ ਭਾਜਪਾ ਇਹਨਾਂ ਪਾਰਟੀਆਂ ਦੀ ਇੱਕ ਵੋਟਰਾਂ ਨੂੰ ਪੰਜਾਬੀਆਂ ਨੂੰ ਭਰਮਾਉਣ ਦੀ ਇੱਕ ਸਾਜਿਸ਼ ਹੈ ਬਹੁਜਨ ਸਮਾਜ ਪਾਰਟੀ ਇਸ ਸਾਜਿਸ਼ ਦਾ ਖੁਲਾਸਾ ਕਰਦੀ ਹੋਈ ਕਿ ਜਿਹੜੇ 2 ਲੱਖ ਵਿਦਿਆਰਥੀਆਂ ਦੇ ਰੋਲ ਨੰਬਰ ਰੋਕੇ ਗਏ ਆ ਅਸੀਂ ਪੰਜਾਬ ਕਾਂਗਰਸ ਸਰਕਾਰ ਨੂੰ 10 ਤਰੀਕ ਤੱਕ ਦਾ ਜਿਹੜਾ ਸਮਾਂ ਦਿੰਦੇ ਹਾਂ 10 ਤਰੀਕ ਨੂੰ ਅਸੀਂ ਮੰਥਨ ਮੀਟਿੰਗ ਪੰਜਾਬ ਸਟੇਟ ਬੋਡੀ ਦੀ ਬੁਲਾਈ ਹੈ ਜੇਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਾਲ ਸੰਬੰਧਿਤ ਵਿਦਿਆਰਥੀਆਂ ਦੇ ਰੋਲ ਨੰਬਰ ਨਾ ਜਾਰੀ ਕੀਤੇ ਗਏ ਤੁਸੀਂ ਕੋਈ ਨਾ ਵਾਈਟ ਪੇਪਰ ਇੱਦਾਂ ਦਾ ਜਾਰੀ ਕੀਤਾ ਬਹੁਜਨ ਸਮਾਜ ਪਾਰਟੀ ਅਸੀਂ ਕੋਰੋਨਾ ਨਾਲ ਤਾਂ ਮਰਾਂਗੇ ਲੇਕਿਨ ਅਸੀਂ ਸਰਕਾਰ ਦੀਆਂ ਨੀਤੀਆਂ ਨਾਲ ਵੀ ਮਰ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ ਮਰ ਰਹੇ ਹਾਂ ਕੋਰੋਨਾ ਹਲੇ ਫਿਰ ਬਚਾ ਸਕਦਾ ਸਾਨੂੰ ਲੇਕਿਨ ਸਰਕਾਰ ਦੀਆਂ ਨੀਤੀਆਂ ਸਾਡਾ ਭਵਿੱਖ ਬਹੁਜਨ ਸਮਾਜ ਦਾ ਭਵਿੱਖ ਦਲਿਤਾਂ ਦਾ ਭਵਿੱਖ ਪਛੜੇ ਵਰਗਾਂ ਦਾ ਭਵਿੱਖ ਕਾਲਾ ਕਰ ਰਹੀਆਂ ਅਸੀਂ ਇਸ ਕਾਲੇ ਭਵਿੱਖ ਨੂੰ ਬਚਾਉਣ ਲਈ ਸੜਕਾਂ ਤੇ ਆਵਾਂਗੇ ਇਹਦੇ ਲਈ ਜ਼ਿੰਮੇਵਾਰ ਕਾਂਗਰਸ ਸਰਕਾਰ ਹੋਏਗੀ ਪੰਜਾਬ ਸਰਕਾਰ ਜੀ ਉਹਨੇ ਪ੍ਰੈਸ ਕਾਨਫਰੰਸ ਮੇ ਆਖਿਰੇ ਮੇ ਕਿਹਾ ਕਿ कांग्रेस सरकार की इस गलत नीतियों के कारण बहुजन समाज के अंदर लोगों की जाने जा रही हैं। हम सड़कों पर उतरकर इनकी गलत नीतियों का विरोध करेंगे। अगर कोरोना से मरेंगे तो इसकी जिम्मेदारी पूर्णतः पंजाब के कांग्रेस सरकार की होगी। इस पर आपकी क्या प्रतिक्रिया है कमेंट करके ज़रूर बताएं। बने रहे द थिंग पर। जय भीम, जय भारत। बहुजन विचारधारा को घर घर तक पहुँचाने के लिए हमारे YouTube चैनल को सब्सक्राइब करें, लाइक करें, कमेंट करें, शेयर करें और बेल आइकन की घंटी दबाना ना भूलें।